लगी थी बस ले आऊंगी। ਇਹ ਸਾਡੇ ਸਕੂਲ ਦੇ ਮੈਡਮ ਹੀ ਜੋਤੀ ਮੈਡਮ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਨੇ। ਹਾਂਜੀ ਇਹ ਕਲਰਕ ਹੈ ਸਾਡੇ ਸਕੂਲ ਜੋਤੀ ਮੈਡਮ। ਇਹ 2 ਵਜੇ ਦੇ ਕਰੀਬ ਸਕੂਲ ਤੋਂ ਨਿਕਲੇ ਆ, 2:15 ਦੇ ਲਾਗੇ ਇਹਨਾਂ ਨੇ ਮੱਲੀਆਂ ਦੇ ਥੋੜ੍ਹਾ ਅੱਗੇ ਆ ਕੇ ਟਰਾਲੀ ਇਹਨਾਂ ਨੂੰ ਸਾਈਡ ਮਾਰ ਕੇ ਉੱਥੇ ਡਿੱਗ ਗਈ ਹੈ ਅਤੇ ਮੌਕੇ 'ਤੇ ਇਹਨਾਂ ਦੀ ਮੌਤ ਹੋ ਗਈ ਹੈ। ਦੂਸਰੇ ਮੈਡਮ ਸੀ ਦਵਿੰਦਰ ਕੌਰ ਮੈਡਮ, ਉਹਨਾਂ ਦੇ ਵੀ ਸਿਰ 'ਤੇ ਸੱਟ ਲੱਗੀ ਹੋਈ, ਕਾਫੀ ਗੰਭੀਰ ਸੱਟ ਆ, ਉਹ ਵੀ ਇਸ ਟਾਈਮ ਹੋਸਪਿਟਲ ਦੇ ਵਿੱਚ। ਹਾਂਜੀ ਸਰ ਪੁਲਿਸ ਆਈ ਸੀ। ਹਾਂਜੀ ਅਸੀਂ ਇਹੀ ਮੰਗ ਕਰਦੇ ਕਿ ਇਨਸਾਫ ਦਵਾਇਆ ਜਾਵੇ, ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਟਰਾਲੀ ਵਾਲੇ ਕੌਣ ਸੀ ਅਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਇਹਨਾਂ ਦੇ ਛੋਟੇ ਛੋਟੇ ਬੱਚੇ ਸੀ। ਠੀਕ ਹੈ, ਬੱਚਿਆਂ ਤੋਂ ਬਿਨਾਂ ਮਤਲਬ ਮਾਵਾਂ ਤੋਂ ਬਿਨਾਂ ਤੁਹਾਨੂੰ ਪਤਾ ਬੱਚਿਆਂ ਦਾ ਕੀ ਗੱਲ। ਧੁਆਣਾ ਦੇ ਕੋਲ ਹੈ ਸਰ, ਰੋਈ ਦੇ ਕੋਲ, ਧੁਆਣਾ ਦੇ ਵਿਚਕਾਰ ਟਰਾਲੀ ਵਾਲਾ ਕੋਈ ਸਾਈਡ ਮਾਰ ਕੇ ਮਤਲਬ ਇਹਨਾਂ ਨੂੰ ਸੁੱਟ ਗਿਆ, ਥੱਲੇ ਦੇ ਕੇ ਕੁਚਲ ਗਿਆ, ਮਤਲਬ ਉਹਨਾਂ ਦੀ ਮੌਤ। ਇਹ ਸਕੂਲ ਤੋਂ ਮੱਲੀਆਂ ਸਕੂਲ ਜਾਂਦੇ ਜੀ, ਮੱਲੀਆਂ ਸਕੂਲ ਇੱਥੇ ਜਾਂਦੇ ਸੀ ਅਤੇ ਉੱਥੋਂ ਛੁੱਟੀ ਹੋਣ ਤੋਂ ਬਾਅਦ ਘਰ ਨੂੰ ਆ ਰਹੇ। ਇੱਕ ਇਹ ਇੱਕ ਨਾਲ ਮੈਡਮ ਸਨ, ਇੱਕ ਜੋਤੀ ਮੈਡਮ ਸੀ, ਇੱਕ ਨਾਲ ਇਹਨਾਂ ਦੇ ਹੋਰ ਮੁੱਛਲਾਂ ਤੋਂ ਸੀ ਮੈਡਮ। ਹਾਂਜੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਜੀ ਕਾਫੀ। ਪੁਲਿਸ ਆਈ ਜੀ ਬਾਅਦ ਵਿੱਚ, ਕਾਫੀ ਟਾਈਮ ਬਾਅਦ 'ਚ ਆਈ, ਮਤਲਬ ਅੱਧੇ ਘੰਟੇ ਦੇ ਬਾਅਦ 'ਚ ਪੁਲਿਸ ਵਾਲੇ ਆਏ। ਟਰਾਲੀ ਵਾਲਾ ਮਤਲਬ ਥੋੜ੍ਹਾ ਜਿਹਾ ਇੱਦਾਂ ਸਾਈਡ ਲਾ ਕੇ ਚਲਾ ਗਿਆ, ਪਤਾ ਹੀ ਨਹੀਂ ਲੱਗਾ ਕਿਹੜੇ ਕਿੱਥੇ ਕਿੱਥੇ। ਬਾਕੀ ਅਸੀਂ ਇਹੋ ਰਿਕੁਐਸਟ ਕਰਦੇ ਪੁਲਿਸ ਵਾਲਿਆਂ ਵਾਲੇ ਮੁਲਾਜ਼ਮਾਂ ਕੀ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਬੱਚੇ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਪਰਿਵਾਰ 'ਚ। ਕਿੰਨੇ ਬੱਚੇ? ਪਰਿਵਾਰ 'ਚ ਇੱਕ ਲੜਕੀ ਇੱਕ ਲੜਕਾ, ਦੋਨੋਂ ਬੱਚੇ। ਮੰਗ ਕਰਦੇ ਸਰ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ, ਬੱਚੇ ਛੋਟੇ ਨੇ, ਘਰ ਵਿੱਚ ਹੋਰ ਵੀ ਕੋਈ ਵੀ ਨਹੀਂ, ਇਹੀ ਇਹਨਾਂ ਦਾ ਹੀ ਰੋਟੀ ਪਾਣੀ ਦਾ ਹੈਗਾ ਹੀ ਆਸਰਾ ਇਹਨਾਂ ਦਾ, ਜੋ ਕਿ ਸਰਵਿਸ ਕਰਦੇ ਉਹਨਾਂ ਦਾ। ਇਹਨਾਂ ਦੇ ਹਸਬੈਂਡ ਜਿਹੜੇ ਉਹ ਵੀ ਮਜ਼ਦੂਰੀ ਕਰਦੇ ਨੇ, ਉਹ ਵੀ ਗੱਡੀ 'ਤੇ ਜਾਂਦੇ, ਟਰੱਕ 'ਤੇ ਡਰਾਈਵਰੀ ਕਰਦੇ। ਉਹ ਜੀ ਦੋ ਟੀਚਰਾਂ ਸੀ ਮੱਲੀਆਂ ਸਕੂਲ 'ਚ ਪੜ੍ਹਾਉਂਦੀਆਂ ਸੀ ਅਤੇ ਉਹ ਆਪਣੇ ਪਿੰਡ ਟਾਂਗਰੇ ਨੂੰ ਜਾ ਰਹੀਆਂ ਸੀ ਅਤੇ ਇੱਕ ਜੋਤੀ ਦੀ ਮੌਕੇ 'ਤੇ ਮੌਤ ਹੋ ਗਈ ਆ ਅਤੇ ਦਵਿੰਦਰ ਕੌਰ ਜਿਹੜੀ ਉਹ ਫੱਟੜਿਆ ਸੀਰੀਅਸ ਹਸਪਤਾਲ ਆ, ਐਕਸੀਡੈਂਟ ਅਣਪਛਾਤੇ ਟਰੈਕਟਰ ਟਰਾਲੀ ਨਾਲ। ਨਹੀਂ ਇਹ ਤੇ ਕੀ ਤੁਸੀਂ ਮਾਮਲਾ ਦਰਜ ਕਰ ਰਹੇ ਹੋ? ਅਸੀਂ 304 ਏ ਦਾ ਪਰਚਾ ਦਰਜ ਕਰਾਂਗੇ ਐਕਸੀਡੈਂਟ ਦਾ। ਹਾਂਜੀ ਜਿਹੜੀ ਦੂਸਰੀ ਜਿੱਥੇ ਜਿਹੜੀ ਜ਼ਖਮੀ ਜਿਹੜੀ ਦੂਸਰੀ ਟੀਚਰ ਉਹ ਵੀ ਕਿੱਥੇ ਖੜਿਆ? ਗੁਰੂ ਨਾਨਕ ਹਸਪਤਾਲ। ਉਹ ਠੀਕ ਹੈ ਨਾ? ਅਜੇ ਤੱਕ ਤੇ ਠੀਕ ਆ। ਕਿੰਨੇ ਕੁ ਦਾ ਕਾਲ ਸਮਾਂ ਹੈ ਇਹ ਦਰਜ ਕਰਨ ਦਾ? ਕਰੀਬ ਅੱਧਾ ਪੌਣਾ ਘੰਟਾ ਪਹਿਲਾਂ। ਇਹ ਸਾਡੇ ਸਕੂਲ ਦੇ ਮੈਡਮ ਹੀ ਜੋਤੀ ਮੈਡਮ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਨੇ। ਹਾਂਜੀ ਇਹ ਕਲਰਕ ਹੈ ਸਾਡੇ ਸਕੂਲ ਜੋਤੀ ਮੈਡਮ। ਇਹ 2 ਵਜੇ ਦੇ ਕਰੀਬ ਸਕੂਲ ਤੋਂ ਨਿਕਲੇ ਆ, 2:15 ਦੇ ਲਾਗੇ ਇਹਨਾਂ ਨੇ ਮੱਲੀਆਂ ਦੇ ਥੋੜ੍ਹਾ ਅੱਗੇ ਆ ਕੇ ਟਰਾਲੀ ਇਹਨਾਂ ਨੂੰ ਸਾਈਡ ਮਾਰ ਕੇ ਉੱਥੇ ਡਿੱਗ ਗਈ ਹੈ ਅਤੇ ਮੌਕੇ 'ਤੇ ਇਹਨਾਂ ਦੀ ਮੌਤ ਹੋ ਗਈ ਹੈ। ਦੂਸਰੇ ਮੈਡਮ ਸੀ ਦਵਿੰਦਰ ਕੌਰ ਮੈਡਮ, ਉਹਨਾਂ ਦੇ ਵੀ ਸਿਰ 'ਤੇ ਸੱਟ ਲੱਗੀ ਹੋਈ, ਕਾਫੀ ਗੰਭੀਰ ਸੱਟ ਆ, ਉਹ ਵੀ ਇਸ ਟਾਈਮ ਹੋਸਪਿਟਲ ਦੇ ਵਿੱਚ। ਹਾਂਜੀ ਸਰ ਪੁਲਿਸ ਆਈ ਸੀ। ਹਾਂਜੀ ਅਸੀਂ ਇਹੀ ਮੰਗ ਕਰਦੇ ਕਿ ਇਨਸਾਫ ਦਵਾਇਆ ਜਾਵੇ, ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਟਰਾਲੀ ਵਾਲੇ ਕੌਣ ਸੀ ਅਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਇਹਨਾਂ ਦੇ ਛੋਟੇ ਛੋਟੇ ਬੱਚੇ ਸੀ। ਠੀਕ ਹੈ, ਬੱਚਿਆਂ ਤੋਂ ਬਿਨਾਂ ਮਤਲਬ ਮਾਵਾਂ ਤੋਂ ਬਿਨਾਂ ਤੁਹਾਨੂੰ ਪਤਾ ਬੱਚਿਆਂ ਦਾ ਕੀ ਗੱਲ। ਧੁਆਣਾ ਦੇ ਕੋਲ ਹੈ ਸਰ, ਰੋਈ ਦੇ ਕੋਲ, ਧੁਆਣਾ ਦੇ ਵਿਚਕਾਰ ਟਰਾਲੀ ਵਾਲਾ ਕੋਈ ਸਾਈਡ ਮਾਰ ਕੇ ਮਤਲਬ ਇਹਨਾਂ ਨੂੰ ਸੁੱਟ ਗਿਆ,
ਥੱਲੇ ਦੇ ਕੇ ਕੁਚਲ ਗਿਆ, ਮਤਲਬ ਉਹਨਾਂ ਦੀ ਮੌਤ। ਇਹ ਸਕੂਲ ਤੋਂ ਮੱਲੀਆਂ ਸਕੂਲ ਜਾਂਦੇ ਜੀ, ਮੱਲੀਆਂ ਸਕੂਲ ਇੱਥੇ ਜਾਂਦੇ ਸੀ ਅਤੇ ਉੱਥੋਂ ਛੁੱਟੀ ਹੋਣ ਤੋਂ ਬਾਅਦ ਘਰ ਨੂੰ ਆ ਰਹੇ। ਇੱਕ ਇਹ ਇੱਕ ਨਾਲ ਮੈਡਮ ਸਨ, ਇੱਕ ਜੋਤੀ ਮੈਡਮ ਸੀ, ਇੱਕ ਨਾਲ ਇਹਨਾਂ ਦੇ ਹੋਰ ਮੁੱਛਲਾਂ ਤੋਂ ਸੀ ਮੈਡਮ। ਹਾਂਜੀ, ਉਹਨਾਂ ਦੇ ਵੀ ਸੱਟਾਂ ਲੱਗੀਆਂ ਜੀ ਕਾਫੀ। ਪੁਲਿਸ ਆਈ ਸੀ ਬਾਅਦ ਵਿੱਚ, ਕਾਫੀ ਟਾਈਮ ਬਾਅਦ 'ਚ ਆਏ, ਮਤਲਬ ਅੱਧੇ ਘੰਟੇ ਦੇ ਬਾਅਦ 'ਚ ਪੁਲਿਸ ਵਾਲੇ ਆਏ। ਟਰਾਲੀ ਵਾਲਾ ਮਤਲਬ ਥੋੜ੍ਹਾ ਇੱਦਾਂ ਸਾਈਡ ਲਾ ਕੇ ਚਲਾ ਗਿਆ, ਪਤਾ ਹੀ ਨਹੀਂ ਲੱਗਾ ਕਿਹੜੇ ਕਿੱਥੇ ਕਿੱਥੇ। ਬਾਕੀ ਅਸੀਂ ਇਹੋ ਰਿਕੁਐਸਟ ਕਰਨ ਡੇ ਪੁਲਿਸ ਵਾਲਿਆਂ ਵਾਲੇ ਮੁਲਾਜ਼ਮਾਂ ਕੀ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਬੱਚੇ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਪਰਿਵਾਰ 'ਚ, ਕਿੰਨੇ ਬੱਚੇ ਪਰਿਵਾਰ 'ਚ? ਇੱਕ ਲੜਕੀ, ਇੱਕ ਲੜਕਾ, ਦੋਨੋਂ ਬੱਚੇ। ਮੰਗ ਕਰਦੀ ਸਰ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ, ਬੱਚੇ ਛੋਟੇ ਨੇ, ਘਰ ਵਿੱਚ ਹੋਰ ਵੀ ਕੋਈ ਵੀ ਨਹੀਂ, ਇਹੀ ਇਹਨਾਂ ਦਾ ਹੀ ਰੋਟੀ ਪਾਣੀ ਦਾ ਹੈਗਾ ਹੀ ਆਸਰਾ ਇਹਨਾਂ ਦਾ, ਜੋ ਕਿ ਸਰਵਿਸ ਕਰਦੇ ਉਹਨਾਂ ਦਾ। ਇਹਨਾਂ ਦੇ ਹਸਬੈਂਡ ਜਿਹੜੇ ਉਹ ਵੀ ਮਜ਼ਦੂਰੀ ਕਰਦੇ ਨੇ, ਉਹ ਵੀ ਗੱਡੀ 'ਤੇ ਜਾਂਦੇ, ਟਰੱਕ 'ਤੇ ਡਰਾਈਵਰੀ ਕਰਦੇ। ਉਹ ਜੀ ਦੋ ਟੀਚਰਾਂ ਸੀ ਮੱਲੀਆਂ ਸਕੂਲ 'ਚ ਪੜ੍ਹਾਉਂਦੀਆਂ ਸੀ, ਅਤੇ ਉਹ ਆਪਣੇ ਪਿੰਡ ਟਾਂਗਰੇ ਨੂੰ ਜਾ ਰਹੀਆਂ ਸੀ, ਅਤੇ ਇੱਕ ਜੋਤੀ ਦੀ ਮੌਕੇ 'ਤੇ ਮੌਤ ਹੋ ਗਈ ਆ, ਅਤੇ ਦਵਿੰਦਰ ਕੌਰ ਜਿਹੜੀ ਉਹ ਫਟੜਿਆ ਸੀਰੀਅਸ ਹਸਪਤਾਲ ਆ, ਐਕਸੀਡੈਂਟ ਅਣਪਛਾਤੇ ਟਰੈਕਟਰ ਟਰਾਲੀ ਨਾਲ। ਪਹਿਚਾਣੀ ਟਰੈਕਟਰ ਟਰਾਲੀ ਦੀ? ਨਹੀਂ, ਕਿਤੇ ਟਰੈਕਟਰ ਵਾਲੇ ਦਾ ਕਸੂਰ ਹੀ ਹੈ। ਇਹ ਤੇ ਕੀ ਮਾਮਲਾ ਦਰਜ ਕਰ ਰਹੇ ਹੋ? ਅਸੀਂ 304A ਦਾ ਪਰਚਾ ਦਰਜ ਕਰਾਂਗੇ ਐਕਸੀਡੈਂਟ ਦਾ। ਹਾਂਜੀ, ਜਿਹੜੀ ਦੂਸਰੀ ਜਿੱਥੇ ਜਿਹੜੀ ਜ਼ਖਮੀ ਜਿਹੜੀ ਦੂਸਰੀ ਟੀਚਰ, ਉਹ ਵੀ ਕਿੱਥੇ ਖੜਿਆ? ਗੁਰੂ ਨਾਨਕ ਹਸਪਤਾਲ। ਉਹ ਠੀਕ ਹੈ ਨਾ? ਅਜੇ ਤੱਕ ਤੇ ਠੀਕ ਆ। ਕਿੰਨੇ ਕੁ ਦਾ ਸਮਾਂ ਰਹੀ ਤੁਸੀਂ? ਕਰੀਬ ਅੱਧਾ ਪੌਣਾ ਘੰਟਾ ਪਹਿਲਾਂ।